ਸਕੂਲਾਂ ਦੇ ਗੁਰਦਸਤੇ ਕਬੂਲ ਰਹੇ ਇਹ ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਹਨ। ਕੋਰੋਨਾ ਨੂੰ ਮਾਤ ਦੇ ਕੇ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੋ ਚੁੱਕੇ ਹਨ। 4 ਅਤੇ 5 ਤਰੀਕ ਨੂੰ ਹਰਪਾਲ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਤਾਂ ਉਸ ਨੂੰ ਹੁਣ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ। ਨਵਾਂ ਸ਼ਹਿਰ ਹਸਪਤਾਲ ਵਿੱਚ ਜੇਰੇ ਇਲਾਜ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਉਹ ਹੁਣ ਬਿਮਾਰੀ 'ਚੋਂ ਨਿਕਲ ਚੁੱਕੇ ਹਨ। ਉਹ ਡਾਕਟਰੀ ਸਟਾਫ ਦਾ ਧੰਨਵਾਦ ਕਰਦੇ ਨਜ਼ਰ ਆਏ। ਟਾਈਮ ਸਿਰ ਜਿਹੜਾ ਡਿਸੀਜਨ ਲਿਆ ਕੈਪਟਨ ਸਾਹਿਬ ਨੇ ਵੀ ਬਹੁਤ ਵੱਡਾ ਫੈਸਲਾ ਲੈ ਕੇ ਸਾਨੂੰ ਨਵੀਂ ਜ਼ਿੰਦਗੀ ਬਖਸ਼ ਕੀਤੀ ਆ। ਜੇ ਇੰਨਾ ਵੱਡਾ ਕੈਪਟਨ ਸਾਹਿਬ ਫੈਸਲਾ ਨਾ ਲੈਂਦੇ ਤਾਂ ਸ਼ਾਇਦ ਅਸੀਂ ਇਸ ਦੁਨੀਆਂ ਵਿੱਚ ਨਾ ਹੁੰਦੇ, ਅਤੇ ਉਹਨਾਂ ਦੇ ਵੱਡੇ ਫੈਸਲੇ ਲੈਣ ਦੇ ਨਾਲ ਹੀ ਅਸੀਂ ਅੱਜ ਠੀਕ ਹੋ ਕੇ ਤੰਦਰੁਸਤ ਹੋ ਕੇ ਘਰ ਜਾ ਰਹੇ ਹਾਂ। ਸਾਡੇ ਜ਼ਿਲ੍ਹੇ ਦੇ ਵਿੱਚ 18 ਪੇਸ਼ੈਂਟ ਸੀ, ਸਾਰੇ ਤੰਦਰੁਸਤ ਆ, ਜਿਹਦੇ ਵਿੱਚੋਂ 8 ਦੀ ਦੋਨੇ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਆ। ਅੱਜ ਸਵੇਰੇ 2 ਬੱਚਿਆਂ ਦੀਆਂ ਹੋਰ ਵੀ ਨੈਗੇਟਿਵ ਰਿਪੋਰਟਾਂ ਆ ਗਈਆਂ, ਅਤੇ ਨਵੇਂ ਟੈਸਟ ਜਿੱਦਾਂ 14 ਦਿਨ ਹੁੰਦੇ ਆ ਉਹਨਾਂ ਤੋਂ ਬਾਅਦ ਟੈਸਟ ਲੈ ਕੇ ਉਹਨਾਂ ਦੀਆਂ ਵੀ ਰਿਪੋਰਟਾਂ, ਉਮੀਦ ਹੈ ਵਪਾਰ ਪੁਰਖ 'ਤੇ ਸਾਨੂੰ ਪੂਰਨ ਭਰੋਸਾ ਆ ਅਤੇ ਉਹਨਾਂ ਦੀਆਂ ਵੀ ਰਿਪੋਰਟਾਂ ਜਿਹੜੀਆਂ ਨੈਗੇਟਿਵ ਆਉਣਗੀਆਂ ਅਤੇ ਤੰਦਰੁਸਤ ਹੋ ਕੇ ਇੱਥੋਂ ਸਾਰੇ ਘਰ ਨੂੰ ਜਾਣਗੇ। ਅਸੀਂ ਇਹ ਬੜੀ ਵਫਾਦਰੀ ਦੇ ਨਾਲ, ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ, ਸਾਡੇ ਜ਼ਿਲ੍ਹੇ ਦੇ ਡੀ ਸੀ ਸਾਹਿਬ ਨੇ ਬਹੁਤ ਵੱਡੀ ਹਿੰਮਤ ਮਾਰੀ ਹੈ, ਸਾਡੇ ਪ੍ਰਸ਼ਾਸਨ ਨੇ, ਸਿਵਲ ਨੇ, ਪੁਲਿਸ ਮਹਿਕਮੇ ਨੇ ਬੜੀ ਇਹਨੂੰ ਦਿਲਚਸਪੀ ਨਾਲ ਲੈ ਕੇ ਇਹ ਜੰਗ ਜਿੱਤੀ ਆ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੁੰਦੇ ਹਾਂ ਅਤੇ ਕੈਪਟਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਪੰਜਾਬ ਦਾ ਪੂਰਨ ਤੌਰ 'ਤੇ ਖਿਆਲ ਰੱਖਿਆ ਜਾਵੇ। ਜੋ ਲੋਕਾਂ ਦੀਆਂ ਕਰਫਿਊ ਦੇ ਵਿੱਚ ਕਿਸੇ ਗਰੀਬ ਲੋਕਾਂ ਦੀਆਂ ਕੋਈ ਰਾਸ਼ਨ ਦੀ ਕੋਈ ਦਿੱਕਤ ਹੈ ਉਹ ਪੂਰੀ ਕੀਤੀ ਜਾਵੇ, ਅਤੇ ਨਾਲ ਹੀ ਲੋਕਾਂ ਨੂੰ ਮੈਡੀਸਿਨ ਜਿਹੜੀਆਂ ਆਮ ਜਿਹੜੀਆਂ ਜਨਰਲ ਦਵਾਈਆਂ ਕਰਕੇ ਵੀ ਲੋਕਾਂ ਨੂੰ ਪਰੇਸ਼ਾਨੀ ਆਈ ਹੈ। ਕਰਫਿਊ ਦੇ ਵਿੱਚ ਜਿੱਦਾਂ ਸ਼ੂਗਰ ਦੀ ਹੋ ਗਈ ਹੈ, ਕੋਈ BP ਦੀ ਹੋ ਗਈ ਆ, ਕੋਈ ਹੋਰ ਕਿਸੇ ਤਰ੍ਹਾਂ ਦੀ ਇੱਦਾਂ ਦੀ ਹਾਰਟ ਦੀ ਕਿਸੇ ਨੂੰ ਪ੍ਰੋਬਲਮ ਸੀ, ਇੱਦਾਂ ਦੀਆਂ ਬਿਮਾਰੀਆਂ ਦਾ ਖਾਸ ਖਿਆਲ ਰੱਖਿਆ ਜਾਵੇ ਜਿਹੜੀਆਂ ਇਹਨਾਂ ਬਿਮਾਰੀਆਂ ਦੇ ਨਾਲ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ। ਸੋ ਮੈਂ ਥੈਂਕਸ ਕਰਦਾ ਕੈਪਟਨ ਸਾਹਿਬ ਦਾ ਅਤੇ ਆਪਣੇ ਜ਼ਿਲ੍ਹੇ ਦੇ DC ਸਾਹਿਬ, ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇੱਥੇ ਦੇ ਜੋ ਸਾਨੂੰ ਜੋ ਲੰਗਰ ਦੀ ਸੇਵਾ ਜਿਹੜੀ ਹੈ ਸਿੰਘ ਸਭਾ ਗੁਰਦੁਆਰਾ ਨਵਾਂ ਸ਼ਹਿਰ ਨੇ ਪ੍ਰੋਵਾਈਡ ਕਰਵਾਈ ਹੈ, ਅਸੀਂ ਉਹਨਾਂ ਦੇ ਵੀ ਬਹੁਤ ਧੰਨਵਾਦੀ ਹੈ। ਅਤੇ ਸਾਡੇ ਜਿਹੜੇ ਡਾਕਟਰ ਸਾਹਿਬਾਨ ਹੈ, ਇਹਨਾਂ ਨੇ ਸਾਨੂੰ ਟਾਈਮ ਸਿਰ ਦੇਖਿਆ, ਸਾਨੂੰ ਦਵਾਈਆਂ ਦਿੱਤੀਆਂ, ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਕਰਦੇ ਹਾਂ, ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹਨਾਂ ਨੇ ਹੈਲਪ ਕੀਤੀ ਬਹੁਤ ਵੱਡੀ, ਸਾਡੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਹੈ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ। ਜ਼ਿਕਰੇ ਖਾਸ ਹੈ ਕਿ ਪਿੰਡ ਪਠਲਾਵਾ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਹੌਟਸਪੌਟ ਵਜੋਂ ਉੱਭਰ ਕੇ ਸਾਹਮਣੇ ਆਇਆ ਸੀ ਅਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਸਾਹਮਣੇ ਆਏ ਮਾਮਲਿਆਂ ਨੇ ਸਿਹਤ ਮਹਿਕਮੇ ਦੀ ਨੀਂਦ ਉਡਾ ਦਿੱਤੀ ਸੀ। ਖੈਰ, ਹੁਣ ਇੱਕ ਤੋਂ ਬਾਅਦ ਇੱਕ ਮਰੀਜ਼ ਠੀਕ ਹੋਣ ਲੱਗੇ ਨੇ, ਆਪੋ ਆਪਣੇ ਘਰ ਨੂੰ ਮੁੜਨ ਲੱਗੇ ਹਨ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।